किसान वीरो तुसी वेख रहे हो ओनली एग्रीकल्चर। जिवें कि तुसी जानते हो कि नरमे दे खेतां विच चिट्टी मक्खी का हमला देखने नूं मिल रहा है। वख वख खेतां विच चिट्टी मक्खी के हमले का पद्धर वख वख हो सकता है, जिन्हां नूं वखरे तौर ते हल करन दी लोड़ है। इसलिए असीं तुहानूं दसांगे कि किस लैवल ते किहड़ी स्प्रे कीती जावे तां जो किसान वीरां नूं सही रिजल्ट मिल सके ਅਤੇ ਚਿੱਟੇ ਮੱਛਰ ਦਾ ਕਾਲਾ ਸਾਇਆ ਸਾਡੇ ਨਰਮੇ ਤੋਂ ਟਲ ਸਕੇ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਸਾਨੂੰ ਖੇਤਾਂ ਵਿੱਚ ਚਿੱਟੀ ਮੱਖੀ ਦੇ ਹਮਲੇ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਚਿੱਟੀ ਮੱਖੀ ਦਾ ਘੱਟ ਹਮਲਾ ਭਾਵ 6 ਤੋਂ 8 ਚਿੱਟੀਆਂ ਮੱਖੀਆਂ ਪ੍ਰਤੀ ਪੱਤਾ ਹੋਵੇ ਤਾਂ ਅਸੀਂ ਈਥੀਆਨ 800 ਮਿਲੀਲੀਟਰ ਪ੍ਰਤੀ ਏਕੜ ਜਾਂ ਓਸ਼ੀਨ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹਾਂ। ਇਸ ਤੋਂ ਬਾਅਦ ਪਹਿਲੇ ਛਿੜਕਾਅ ਤੋਂ 10 ਦਿਨਾਂ ਬਾਅਦ ਲੈਨੋ ਪਾਇਰੀਪ੍ਰੋਕਸੀਫੇਨ 500 ਮਿਲੀਲੀਟਰ ਪ੍ਰਤੀ ਏਕੜ ਜਾਂ ਓਬਰੋਨ 200 ਮਿਲੀਲੀਟਰ ਪ੍ਰਤੀ ਏਕੜ ਦੀ ਦੂਜੀ ਸਪਰੇਅ ਕਰੋ। ਇਸੇ ਤਰ੍ਹਾਂ ਕਿਸਾਨ ਵੀਰੋ, ਜੇਕਰ ਚਿੱਟੀ ਮੱਖੀ ਦਾ ਹਮਲਾ 10 ਤੋਂ 20 ਬਾਲਗ ਪ੍ਰਤੀ ਪੱਤਾ ਹੈ ਤਾਂ ਸਫੀਨਾ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨੂੰ ਤਰਜੀਹ ਦਿੰਦੇ ਹਾਂ। ਇਸ ਤੋਂ ਬਾਅਦ ਪਹਿਲੇ ਛਿੜਕਾਅ ਤੋਂ 7 ਦਿਨਾਂ ਬਾਅਦ ਲੈਨੋ 500 ਮਿਲੀਲੀਟਰ ਪ੍ਰਤੀ ਏਕੜ ਜਾਂ ਓਬਰੋਨ 200 ਮਿਲੀਲੀਟਰ ਪ੍ਰਤੀ ਏਕੜ ਕਰਨੀ ਚਾਹੀਦੀ ਹੈ। ਜੇਕਰ ਚਿੱਟੀ ਮੱਖੀ ਬਹੁਤ ਜ਼ਿਆਦਾ ਜਾਂ ਅਣਗਿਣਤ ਹੈ ਤਾਂ ਪੋਲੋ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨੂੰ ਤਰਜੀਹ ਦਿਓ। ਇਸ ਤੋਂ ਬਾਅਦ ਪਹਿਲੀ ਸਪਰੇਅ ਤੋਂ 5 ਦਿਨਾਂ ਬਾਅਦ ਲੈਨੋ 500 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੈਨੋ ਅਤੇ ਓਬਰੋਨ ਚਿੱਟੀ ਮੱਖੀ ਦੇ ਬੱਚਿਆਂ ਲਈ ਜ਼ਿਆਦਾ ਅਸਰਦਾਰ ਹਨ। ਇਹਨਾਂ ਕੀਟਨਾਸ਼ਕਾਂ ਦਾ ਅਸਰ ਦੇਖਣ ਲਈ 5 ਤੋਂ 7 ਦਿਨਾਂ ਦਾ ਇੰਤਜ਼ਾਰ ਕਰੋ। ਕਿਸਾਨ ਵੀਰੋ, ਇਸ ਤੋਂ ਬਿਨਾਂ ਤੁਸੀਂ ਖੇਤੀਬਾੜੀ ਵਿਭਾਗ ਦੇ ਲਗਾਤਾਰ ਸੰਪਰਕ ਵਿੱਚ ਜ਼ਰੂਰ ਰਹੋ ਅਤੇ ਉਹਨਾਂ ਦੀ ਰਾਏ ਲਗਾਤਾਰ ਲੈਂਦੇ ਰਹੋ। ਇੱਕ ਗੱਲ ਹੋਰ, ਕੁਝ ਕਿਸਾਨ ਘਬਰਾਹਟ ਵਿੱਚ ਆ ਕੇ ਨਰਮਾ ਵਾਹ ਰਹੇ ਹਨ, ਤਾਂ ਕਿਸਾਨ ਵੀਰੋ ਅਜਿਹੀ ਕਾਲ ਨਾ ਕਰੋ, ਕਿਉਂਕਿ ਹਰ ਚੀਜ਼ ਦਾ ਹੱਲ ਜ਼ਰੂਰ ਹੁੰਦਾ ਹੈ ਅਤੇ ਉਸੇ ਤਰ੍ਹਾਂ ਚਿੱਟੀ ਮੱਖੀ ਦਾ ਵੀ ਹੱਲ ਜ਼ਰੂਰ ਹੋਵੇਗਾ। ਅਤੇ ਹੁਣ ਦਿਓ ਆਗਿਆ, ਪਰ ਜਾਣ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਪੁੱਜ ਸਕੇ। ਧੰਨਵਾਦ।